ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਸਮੁੱਚੀ ਪਾਰਟੀ ਨੇ ਅਰਦਾਸ ਕਰਕੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ। 18 ਤੋਂ ਹੁੰਦੇ ਅੱਜ ਤੁਹਾਡੇ ਹਲਕੇ ਦੇ ਵਿੱਚੋਂ ਨਿਕਲ ਕੇ ਤੁਹਾਡੇ ਕੋਲ ਆਏ ਹਾਂ। ਸਭ ਤੋਂ ਪਹਿਲੇ ਮੈਂ ਸਾਰੇ ਨੌਜਵਾਨਾਂ ਦਾ, ਵਰਕਰ ਸਾਹਿਬਾਨ ਦਾ ਅਤੇ ਲੀਡਰ ਸਾਹਿਬਾਨ ਦਾ, ਜਿਨ੍ਹਾਂ ਨੇ ਅੱਜ ਹਿੱਸਾ ਲਿੱਤਾ ਹੈ ਇਹ ਯਾਤਰਾ 'ਚ, ਉਹਨਾਂ ਨੂੰ ਮੈਂ ਧੰਨਵਾਦ ਕਰਦਾ। ਆ ਯਾਤਰਾ ਕਿਉਂ, ਅੱਜ ਕੀ ਹਾਲਾਤ ਹੈ, ਅੱਜ ਜਿੰਨਾ ਮਾੜਾ ਹਾਲ ਪੰਜਾਬ ਦਾ ਹੈ, ਇਹੋ ਹਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੰਨਾ ਮਾੜਾ ਨਹੀਂ ਦੇਖਿਆ ਸੀ। ਇੱਕ ਮੁੱਖ ਮੰਤਰੀ ਆਪਾਂ ਨੂੰ ਇਹੋ ਮਿਲ ਗਿਆ, ਇੱਕ ਪਾਰਟੀ ਇਹੋ ਜਿਹੀ ਮਿਲ ਗਈ, ਇੱਕ ਉਹਨਾਂ ਦੇ MLA ਇਹੋ ਜਿਹੇ ਆ ਗਏ ਜਿਨ੍ਹਾਂ ਦਾ ਕੰਮ ਸੇਵਾ ਨਹੀਂ, ਉਹਨਾਂ ਦਾ ਕੰਮ ਲੁੱਟਣਾ ਅਤੇ ਸੂਬੇ ਨੂੰ ਕੇਜਰੀਵਾਲ ਦੇ ਪੈਰਾਂ 'ਚ ਪਾ ਦੇਣਾ। ਇੱਥੇ ਸਹੀ ਬਣੇ ਤੇ ਅੱਜ ਪੰਜਾਬ ਨੂੰ ਭਗਵੰਤ ਬੇਈਮਾਨ ਨਹੀਂ ਚਲਾ ਰਿਹਾ, ਕੇਜਰੀਵਾਲ ਚਲਾ ਰਿਹਾ। ਜਿਹੜਾ SSP ਲੱਗਦਾ ਕੇਜਰੀਵਾਲ ਫੈਸਲਾ ਕਰਦਾ, ਜਿਹੜਾ DSP ਲੱਗਦਾ ਕੇਜਰੀਵਾਲ ਫੈਸਲਾ ਕਰਦਾ, ਅਤੇ ਕੇਜਰੀਵਾਲ ਨੂੰ ਪੂਰੇ ਦੇਸ਼ ਵਿੱਚ ਮਸ਼ਹੂਰ ਕਰਨ ਵਾਸਤੇ ਪੰਜਾਬ ਦਾ ਖਜ਼ਾਨਾ ਵਰਤਿਆ ਜਾ ਰਿਹਾ। ਅੱਜ ਪੰਜਾਬ 'ਚ ਡਰ ਦਾ ਮਾਹੌਲ ਹੈ, ਗੁੰਡਾਗਰਦੀ ਦਾ ਮਾਹੌਲ ਹੈ। ਵਪਾਰੀ ਮੈਨੂੰ ਬਹੁਤ ਮਿਲੇ ਲੁਧਿਆਣੇ, ਅੰਮ੍ਰਿਤਸਰ ਸ਼ਹਿਰਾਂ ਦੇ ਵਿੱਚ, ਸਾਰੇ ਡਰੇ ਬੈਠੇ ਹੈ। ਰੋਜ਼ ਗੈਂਗਸਟਰਾਂ ਦਾ, ਲੁਟੇਰਿਆਂ ਦੇ ਫੋਨ ਆਉਂਦੇ ਆ, ਉਹਨਾਂ ਤੋਂ ਪੈਸੇ ਵਸੂਲਦੇ ਆ। ਆਮ ਇਨਸਾਨ ਰਾਤ ਨੂੰ ਇਕੱਲਾ ਨਿਕਲ ਨਹੀਂ ਸਕਦਾ, ਕੋਈ ਨਾ ਕੋਈ ਲੁੱਟ ਲੂਗਾ। ਹਰ ਰੋਜ਼ ਅਖਬਾਰ ਪੜ੍ਹ ਲਓ, ਇੱਥੇ ਕਤਲ ਹੋ ਗਿਆ, ਇੱਥੇ ਗੋਲੀ ਚੱਲ ਪਈ, ਇੱਥੇ ਆਹ ਹੋ ਗਿਆ, ਇੱਥੇ ਉਹ ਹੋ ਗਿਆ। ਕਾਨੂੰਨ ਵਰਗੀ ਕੋਈ ਚੀਜ਼ ਹੀ ਨਹੀਂ ਹੈ, ਕਿਉਂਕਿ ਕਮਾਂਡ ਅਤੇ ਕੰਟਰੋਲ ਹੀ ਹੈ ਨਹੀਂ। ਵੱਡੇ ਬਾਦਲ ਸਾਹਿਬ ਹਰ ਰੋਜ਼ ਸਵੇਰੇ 5 ਵਜੇ 6 ਵਜੇ 5 ਵਜੇ ਉੱਠ ਕੇ 6 ਵਜੇ ਹਰ SSP ਨਾਲ ਗੱਲ ਕਰਦੇ ਸੀ ਅਤੇ ਹਰ DC ਨਾਲ ਗੱਲ ਕਰਦੇ ਹੁੰਦੇ ਸੀ, ਪਤਾ ਕਰਦੇ ਤੁਹਾਡੇ ਆ ਕਿਉਂ ਹੋਇਆ ਅਤੇ ਅੱਗੇ ਤੋਂ ਕੀ ਤੁਸੀਂ ਵਿਚਾਰ ਰੱਖ ਰਹੇ। ਜਿਹੜੀ ਵੱਡਾ ਨੁਕਸਾਨ ਜਿਹੜਾ ਮੈਂ ਦੇਖ ਰਿਹਾ ਪੰਜਾਬ ਦੀ ਜਵਾਨੀ ਦਾ ਹੋ ਰਿਹਾ ਕਿ ਨਸ਼ਾ ਖੋਲ੍ਹ ਦਿੱਤਾ ਇਹਨਾਂ ਨੇ। ਮੈਂ SSP ਕਈ SSP ਜਿਹੜੇ ਹੁਣ ਲੱਗੇ ਆ ਉਹ ਮੈਨੂੰ ਜਾਣਦੇ, ਕਿਉਂਕਿ ਮੈਂ ਹੋਮ ਮਿਨਿਸਟਰ ਰਿਹਾ। ਮੈਂ ਕਈਆਂ ਨੂੰ ਟੈਲੀਫੋਨ ਕਰਕੇ ਪੁੱਛਿਆ ਕਿ ਇੰਨਾ ਮਾੜਾ ਹਾਲ ਕਿਉਂ ਹੋ ਗਿਆ। ਉਹ ਕਹਿੰਦੇ ਕਿ ਸਾਡੀ ਅਸੀਂ ਕੀ ਕਰੀਏ, ਜਿਹੜਾ ਇਹਨਾਂ ਦਾ MLA ਹੈ, ਆਹ ਨਸ਼ੇ ਵੇਚਣ ਵਾਲਿਆਂ ਤੋਂ, ਆਪਣੇ ਹਲਕਿਆਂ ਦੇ ਤੋਂ ਮਹੀਨਾ ਉਹਨਾਂ ਨੇ ਲੈਣਾ ਸ਼ੁਰੂ ਕਰ ਲਿਆ। ਕੋਈ 5 ਲੱਖ ਲੈ ਰਿਹਾ ਮਹੀਨੇ ਦਾ, ਕੋਈ 10 ਲੱਖ ਲੈ ਰਿਹਾ, ਅਤੇ SHO ਨੂੰ ਕਹਿਤਾ, DSP ਨੂੰ ਕਹਿਤਾ ਕਿ ਇਹ ਬੰਦਿਆਂ ਨੂੰ ਹੱਥ ਨਹੀਂ ਲਾਉਣਾ, ਜੋ ਮਰਜ਼ੀ ਕਰਨ। ਤਾਂਹੀਓ ਘਰ ਘਰ ਇਹਨਾਂ ਨੇ
ਘਰ ਘਰ ਨਸ਼ਾ ਪਹੁੰਚਾ ਦਿੱਤਾ। ਅੱਜ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀ, ਆਹ ਕਰਾਂਗੇ ਆਹ ਕਰਾਂਗੇ, ਸਭ ਤੋਂ ਉਹਦਾ ਉਲਟ ਕਰ ਰਹੇ ਆ, ਸਾਰਾ ਕੁਛ ਉਲਟ। ਕੀ ਕਹਿੰਦਾ ਹੁੰਦਾ ਸੀ, ਮੇਰੇ ਕੋਲ ਹਰਾ ਪੈਨ ਹੈ, ਸਾਡੀ ਸਰਕਾਰ ਰਹੂਗੀ ਪਿੰਡਾਂ ਵਿੱਚ। ਆ ਦਿਖਾਈ ਦਿੱਤਾ ਹੀ ਨਹੀਂ। ਮੈਂ ਉਹੀ ਬੇਨਤੀ ਕਰਨਾ, ਮੁੱਖ ਮੰਤਰੀ ਬਣਨਾ ਸੌਖਾ ਹੈ, ਜ਼ਿੰਮੇਵਾਰੀ ਸੰਭਾਲਣੀ ਬੜੀ ਔਖੀ ਹੈ। ਲੀਡਰ ਇੰਨੀ ਛੇਤੀ ਨਹੀਂ ਬਣ ਸਕਦਾ। 70 ਸਾਲ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਨੇ ਅਕਾਲੀ ਦਲ ਦੀ ਸੇਵਾ ਕੀਤੀ ਤਾਂ ਉਹ ਉਸ ਪੋਜੀਸ਼ਨ 'ਤੇ ਪਹੁੰਚੇ, ਪਿੰਡ ਦੇ ਸਰਪੰਚ ਬਣੇ, ਬਲਾਕ ਸਮਿਤੀ ਲੜੇ, ਜ਼ਿਲ੍ਹਾ ਪ੍ਰੀਸ਼ਦ ਲੜ ਕੇ ਹੌਲੀ ਹੌਲੀ ਪੌੜੀਆਂ ਚੜ੍ਹੀਆਂ। ਉਹਨਾਂ ਨੂੰ ਪਤਾ ਸੀ ਕੀ ਹੋ ਰਿਹਾ, ਕਿਵੇਂ ਹੋ ਰਿਹਾ, ਕਿਵੇਂ ਕਰਨਾ। ਹੁਣ ਆ ਭਗਵੰਤ ਮਾਨ ਚੁਟਕਲੇ ਸੁਣਾਉਂਦਾ ਸੁਣਾਉਂਦਾ ਆਪਾਂ ਨੂੰ ਸੂਬਾ ਹੀ ਸੰਭਾਲ ਦਿੱਤਾ। ਕੋਈ ਤਜਰਬਾ ਨਹੀਂ, ਕੋਈ ਫਿਕਰ ਨਹੀਂ, ਕੋਈ ਪਰਵਾਹ ਨਹੀਂ। ਹੁਣ ਆਪ ਸੋਚੀ ਬੈਠਾ ਕਿ ਮੈਂ ਤਾਂ ਅਗਲੀ ਵਾਰ ਬਣਨਾ ਨਹੀਂ, ਹੁਣ ਲੁੱਟ ਲਓ। ਆਹ ਸ਼ਰਾਬ ਦਾ ਘੁਟਾਲਾ ਜਿਹੜਾ ਕੀਤਾ ਇਹਨਾਂ ਨੇ, ਤਕਰੀਬਨ 500 ਕਰੋੜ ਰੁਪਇਆ ਇਹਨਾਂ ਨੇ ਰਿਸ਼ਵਤ ਲਿੱਤੀ ਹੈ। CBI ਦੀ ਇੰਕੁਆਇਰੀ ਸ਼ੁਰੂ ਹੋ ਗਈ ਹੈ। ਜਿਵੇਂ ਦਿੱਲੀ 'ਚ ਕੇਜਰੀਵਾਲ ਜਾਊਗਾ, ਮਿਲਾ ਵੀ ਜਾਣ ਵਾਲਾ ਹੀ ਹੈ। ਇਹਨਾਂ ਨੇ ਜਿਹੜਾ ਵੱਡਾ ਹੁਣ ਨੁਕਸਾਨ ਕਰ ਰਹੇ ਹੈ ਕਿ ਪੰਜਾਬ ਦੇ ਖਜ਼ਾਨੇ ਦਾ ਪੈਸਾ ਵਰਤ ਕੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਦੂਜੇ ਸੂਬਿਆਂ 'ਚ ਕਰ ਰਹੇ ਹੈ। ਜਿੱਥੇ ਵੀ ਕੇਜਰੀਵਾਲ ਨੇ ਜਾਣਾ ਉੱਥੇ ਪੰਜਾਬ ਸਰਕਾਰ ਹਵਾਈ ਜਹਾਜ਼ ਨੂੰ ਕਿਰਾਏ 'ਤੇ ਲੈਂਦੀ ਹੈ। ਉਹਦੇ ਵਾਸਤੇ ਪਿਛਲੇ 1 ਸਾਲ ਦੇ ਅੰਦਰ 125 ਕਰੋੜ ਰੁਪਇਆ ਇਕੱਲਾ ਕਿਰਾਇਆ ਭਰਿਆ ਇਹਨਾਂ ਨੇ। ਜਦੋਂ ਪੈਨਸ਼ਨ ਦੇਣੀ ਹੋਏ ਕਹਿੰਦੇ ਪੈਸਾ ਹੈ ਨਹੀਂ, ਸ਼ਗਨ ਦੇਣੇ ਹੋਣ ਪੈਸਾ ਹੈ ਨਹੀਂ, ਸਾਰਾ ਕੁਛ ਬੰਦ ਕਰੀ ਬੈਠੇ। ਆਟਾ ਦਾਲ ਸਕੀਮ ਬਾਦਲ ਸਾਹਿਬ ਲੈ ਕੇ ਆਏ ਸੀ, ਆਹ ਜਿਹੜਾ ਕਣਕ ਤੁਹਾਨੂੰ ਮਿਲ ਰਹੀ ਹੈ ਉਹ ਸਕੀਮ ਤਾਂ ਬੰਦ ਕਰਤੀ ਇਹਨਾਂ ਨੇ। ਆਹ ਸੈਂਟਰ ਨੇ ਕਣਕ ਭੇਜੀ ਹੈ ਕਰੋਨਾ ਵਾਲੀ, ਉਹੀ ਦੇਈ ਜਾਂਦੇ ਆ, ਇਹਨਾਂ ਆਪ ਤਾਂ ਕੁਛ ਨਹੀਂ ਦੇ ਰਹੇ। ਮੈਨੂੰ ਯਾਦ ਹੈ ਜੋ ਸਹੂਲਤਾਂ ਬਾਦਲ ਸਾਹਿਬ ਦਿੰਦੇ ਸੀ ਇੱਕ ਇੱਕ ਕਰਕੇ ਸਾਰੀਆਂ ਹੀ ਬੰਦ ਕਰ ਦਿੱਤੀਆਂ। ₹60,000 ਕਰੋੜ ਕਰਜ਼ਾ ਆ 1 ਸਾਲ 'ਚ ਤੱਕ ਲਈ, 1 ਸਾਲ ਦੇ 60,000 ਕਰੋੜ। ਇੱਕ ਨਲਾਇਕ ਨੂੰ ਕੋਈ, ਤੁਸੀਂ ਗੱਡੀ ਜਿਹਨੂੰ ਚਲਾਉਣੀ ਨਾ ਹੋਏ ਉਹਨੂੰ ਗੱਡੀ ਫੜਾ ਦਿਓ, ਉਹਨੇ ਮਾਰਨੀ ਹੈ। ਆਪਾਂ ਇਹ ਜੇ ਨਲਾਇਕ ਨੂੰ ਦੇ ਦਿੱਤੀ ਸਰਕਾਰ, ਇਹਨੂੰ ਕੋਈ ਪਰਵਾਹ ਹੀ ਨਹੀਂ, ਕੋਈ ਫਿਕਰ ਨਹੀਂ। ਲੋਕ ਜਿਉਂਦੇ ਆ ਮਰਦੇ ਆ, ਇਹਨੂੰ ਕੋਈ ਫਿਕਰ ਨਹੀਂ। ਝੂਠ ਜਿੰਨਾ ਮਰਜ਼ੀ ਬੁਲਾ ਲਓ, ਭਾਸ਼ਣ ਜਿੰਨੇ ਮਰਜ਼ੀ ਕਰਾ ਲਓ, ਜਿੱਥੇ ਜਾਊਗਾ ਮੈਂ ਆਹ ਕਰ ਦੂੰਗਾ, ਉਹਦੇ ਬਾਅਦ ਭੁੱਲ ਜਾਂਦਾ। ਹੜਾ ਏ ਸਾਰਾ ਦੁਆਬਾ ਸਾਰਾ ਆਪਣੇ ਕਿੱਡਾ ਨੁਕਸਾਨ ਹੋਇਆ, 1 ਰੁਪਇਆ ਮੁਆਵਜ਼ਾ ਨਹੀਂ ਆਇਆ।
ਗੜੇ ਨਾਲ ਫਸਲਾਂ ਤਬਾਹ ਹੋ ਗਈਆਂ। ਕਹਿੰਦਾ ਮੁਆਵਜ਼ਾ 15 ਦਿਨਾਂ 'ਚ ਭੇਜੂੰਗਾ। ਅੱਜ 1.5 ਸਾਲ ਹੋ ਗਿਆ। ਇਹਨੇ ਯਾਦ ਆ ਉਹਨਾਂ ਨੇ ਕਿਹਾ ਕੀ ਕਿਹਾ ਸੀ, ਮੂੰਗੀ ਬੀਜੋ। ਪਿੰਡ ਪਿੰਡ ਪੋਸਟਰ ਲਾ ਲਏ ਕਿ ਮੂੰਗੀ ਬੀਜੋ, ਮੈਂ ਖਰੀਦੂੰਗਾ ਸਾਰੀ। ਕਿਸਾਨਾਂ ਨੇ ਮੂੰਗੀ ਬੀਜ ਲਈ, ਉਹਦੇ ਬਾਅਦ ਲੱਭੇ ਹੀ ਨਹੀਂ, ਰੁਲਦੀ ਰਹੀ ਮੂੰਗੀ। ਇੱਕ ਚੀਜ਼ ਜਿਹੜੀ ਕਹੀ ਸੀ, ਇੱਕ ਚੀਜ਼ ਨਹੀਂ ਪੂਰੀ ਕੀਤੀ। ਮੈਂ ਜਿਹੜੀ ਬੇਨਤੀ ਕਰਨ ਆਇਆ, ਸਹੀ ਮੈਨੇ 'ਤੇ ਜੇ ਆਪਾਂ ਇਹ ਜਿਹੀਆਂ ਪਾਰਟੀਆਂ ਨੂੰ ਅੱਗੇ ਰੱਖਾਂਗੇ, ਆਹ ਨੈਸ਼ਨਲ ਪਾਰਟੀਆਂ, ਆਪਣੇ ਆਪ ਹੀ ਆਪਣਾ ਸੂਬਾ ਬਰਬਾਦ ਹੋ ਜੂਗਾ। ਆਹ ਜਿਹੜੀਆਂ ਨੈਸ਼ਨਲ ਪਾਰਟੀਆਂ, ਇਹਨਾਂ ਨੂੰ ਹੁਕਮ ਉੱਥੋਂ ਹੀ ਆਉਂਦੇ ਆ ਦਿੱਲੀਓਂ, ਆਹ ਕਰਨਾ ਆਹ ਨਹੀਂ ਕਰਨਾ। ਉਹ ਦੇਖਦੇ ਆ ਕਿ ਪੰਜਾਬ ਸਰਕਾਰ ਦੇ ਫੈਸਲੇ ਨਾਲ ਜੇ ਹਰਿਆਣੇ ਨੂੰ ਨੁਕਸਾਨ ਹੈ ਪਰ ਪੰਜਾਬ ਨੂੰ ਫਾਇਦਾ ਹੈ, ਉਹ ਕਹਿਣਗੇ ਨਹੀਂ ਕਰਨਾ। ਇਕੱਲੀ ਤੁਹਾਡੀ ਆਪਣੀ ਪਾਰਟੀ ਅਕਾਲੀ ਦਲ ਹੈ ਜਿਹੜੀ ਲੜਾਈ ਲੜਦੀ ਰਹੀ ਹੈ ਅਤੇ ਲੜਦੀ ਰਹੇਗੀ। ਆਹ ਅਕਾਲੀ ਦਲ ਮਤਲਬ ਸਿਆਸੀ ਪਾਰਟੀ ਕਰ ਲਾ, ਇੱਕ ਸੋਚ ਹੈ। ਆਹ ਤੁਹਾਡੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਹੈ, ਆਹ ਕੌਮ ਦੀ ਫੌਜ ਹੈ, ਆਪਣੀ ਕੌਮ ਦੀ ਆਵਾਜ਼ ਹੈ, ਪੰਜਾਬ ਦੀ ਆਵਾਜ਼ ਹੈ। ਜਿੰਨੀਆਂ ਵੀ ਬੇਇਨਸਾਫੀਆਂ ਪੰਜਾਬ ਨਾਲ ਹੋਈਆਂ, ਇੱਕ ਦੀ ਆਵਾਜ਼ ਨੈਸ਼ਨਲ ਪਾਰਟੀ ਨੇ ਉਠਾਈ, ਇਕੱਲੀ ਲੜਾਈ ਲੜੀ ਅਤੇ ਅਕਾਲੀ ਦਲ ਨੇ। ਜੋ ਕੁਛ ਤੁਸੀਂ ਦੇਖ ਰਹੇ ਹੋ, ਜਿਹੜੀ ਮੰਡੀ 'ਚ ਬੈਠੇ ਹੋ ਬਾਦਲ ਸਾਹਿਬ ਨੇ ਬਣਾਈ, ਜਿਹੜੀਆਂ ਸੜਕਾਂ ਦੇਖ ਰਹੇ ਹੋ 4 ਲੇਨ 6 ਲੇਨ ਅਕਾਲੀ ਸਰਕਾਰਾਂ ਦੀਆਂ, ਜਿਹੜੇ ਟਿਊਬਵੈੱਲ ਤੁਸੀਂ ਲਾਏ ਹੈ ਅਕਾਲੀ ਸਰਕਾਰਾਂ ਨੇ ਦਿੱਤੇ ਹੈ, ਮੁਫਤ ਬਿਜਲੀ ਅਕਾਲੀ ਦਲ ਨੇ, ਸ਼ਗਨ ਪੈਨਸ਼ਨ ਜਿੰਨੀਆਂ ਚੀਜ਼ਾਂ ਅਕਾਲੀ ਦਲ ਨੇ, ਥਰਮਲ ਪਲਾਂਟ ਬਿਜਲੀ ਦੇ ਅਕਾਲੀ ਦਲ ਨੇ ਬਣਾਏ, ਏਅਰਪੋਰਟ ਅੰਮ੍ਰਿਤਸਰ ਵਾਲਾ ਸਾਰੇ ਏਅਰਪੋਰਟ ਅਕਾਲੀ ਦਲ ਨੇ ਬਣਾਏ, ਨਹਿਰਾਂ ਕੱਸੀਆਂ ਅਕਾਲੀ ਦਲ ਨੇ। ਇੱਕ ਵੀ ਨਿਸ਼ਾਨੀ ਤੁਸੀਂ ਆ ਨੈਸ਼ਨਲ ਪਾਰਟੀਆਂ ਦੀ ਸਰਕਾਰ ਬਣਾਉਂਦੇ ਹੋ, ਇੱਕ ਵੀ ਨਿਸ਼ਾਨੀ ਇਹਨਾਂ ਦੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਪਿਛਲੇ 40 ਸਾਲਾਂ 'ਚ 2 ਵਾਰ ਮੁੱਖ ਮੰਤਰੀ ਬਣਿਆ, 10 ਸਾਲ, ਇੱਕ ਚੀਜ਼ ਨਹੀਂ ਤੁਸੀਂ ਦੱਸ ਸਕਦੇ ਕਿ ਆਹ ਗਲੀ ਜਾਂ ਆਹ ਇਹਨੇ ਚੀਜ਼ ਫੈਕਟਰੀ ਲਾਈ ਹੈ ਜਾਂ ਆਹ ਇਹਨੇ ਸੜਕ ਬਣਾਈ। 10 ਸਾਲ ਇੱਕ ਚੀਜ਼ ਨਹੀਂ। ਜੇ ਸਾਰਾ ਕੁਛ ਬਣਿਆ ਤਾਂ ਆਪਣੀ ਤੁਹਾਡੀ ਆਪਣੀ ਮਾਂ ਪਾਰਟੀ ਦੇ ਦੌਰਾਨ ਹੈ। ਦੇਖੋ ਦੂਜੇ ਸੂਬੇ ਦੇ ਲੋਕ ਕਿੰਨੇ ਸਿਆਣੇ ਆ। ਗੁਜਰਾਤ ਵਾਲੇ ਮੋਦੀ ਨੂੰ ਪਾਉਣਗੇ, ਉਹਨੂੰ ਪਤਾ ਕਿ ਮੋਦੀ ਸਾਡੀ ਤਰੱਕੀ ਕਰਾ ਰਿਹਾ ਗੁਜਰਾਤ 'ਚ, ਇਸ ਕਰਕੇ ਉਹ ਦੂਜੀਆਂ ਨੂੰ ਵੰਡ ਨਹੀਂ ਦਿੰਦੇ। ਆਹ ਜਿੰਨੀਆਂ ਤਾਮਿਲਨਾਡੂ ਅਤੇ ਥੱਲੀਆਂ ਪਾਰਟੀਆਂ, ਥੱਲੇ ਸੂਬੇ ਹੈ, ਆਪਣੀ ਖੇਤਰੀ ਪਾਰਟੀ ਤੋਂ ਬਗੈਰ ਕਿਸੇ ਪਾਰਟੀ ਦੀ ਸਰਕਾਰ ਨਹੀਂ ਆਉਣ ਦਿੰਦੇ ਉੱਥੇ, ਕਿਉਂਕਿ ਉਹਨੂੰ ਪਤਾ ਕਿ ਖੇਤਰੀ ਪਾਰਟੀ ਸਾਡੀ ਲੜਾਈ ਲੜਦੀ ਹੈ। ਤਾਂ ਉਹਨੂੰ ਸੋਚ ਹੈ ਜਿਵੇਂ ਸਾਡੇ ਵਾਸਤੇ ਇਕੱਲਾ ਪੰਜਾਬ ਹੈ, ਜੇ ਤਾਂ ਸੜਕਾਂ ਬਣ ਗਈਆਂ, ਡਿਵੈਲਪਮੈਂਟ ਹੋਊਗੀ, ਨੌਕਰੀਆਂ ਮਿਲਣਗੀਆਂ, ਸਾਨੂੰ ਖੁਸ਼ੀ ਹੋਊਗੀ। ਆ ਨੈਸ਼ਨਲ ਪਾਰਟੀਆਂ ਨੂੰ ਤਾਂ ਕੋਈ ਫਿਕਰ ਨਹੀਂ ਹੈ। ਇਸ ਕਰਕੇ ਅੱਜ ਤੋਂ ਯਾਤਰਾ ਸ਼ੁਰੂ ਹੈ। ਜਿਵੇਂ ਜੋਸ਼ੀ ਜੀ ਨੇ ਕਿਹਾ, ਪੰਜਾਬ ਨੂੰ ਇਕੱਲਾ ਨਾ ਮੈਂ ਬਚਾ ਸਕਦਾ, ਪੰਜਾਬ ਨੂੰ ਬਚਾਊਗਾ ਪੰਜਾਬ ਦੀ ਜਨਤਾ।
ਜਿਵੇਂ ਇੱਕ ਤੂਫਾਨ ਲਿਆਂਦਾ ਤੁਸੀਂ 92 ਸੀਟਾਂ ਦੇ ਦਿੱਤੀਆਂ ਤੇ ਹੁਣ 92 ਤੇ 92 ਦੇ ਨਾਲ ਜ਼ਮਾਨਤਾਂ ਜ਼ਬਤ ਕਰਾਓ। ਮੈਂ ਤੁਹਾਨੂੰ ਇੰਨਾ ਦੱਸ ਦਿੰਦਾ, ਜੇ ਤੁਸੀਂ ਇਹਨਾਂ ਦੀ ਜ਼ਮਾਨਤਾਂ ਜ਼ਬਤ ਕਰਾ ਦੀਆਂ ਫਿਰ ਤਾਂ ਸ਼ਾਇਦ 3 ਸਾਲ ਥੋੜਾ ਮੋਟਾ ਕੰਮ ਕਰ ਲੈਣਗੇ ਡਰਦੇ। ਜੇ ਇਹਨਾਂ ਨੂੰ ਫਿਰ ਤੋਂ ਤੁਸੀਂ ਹੌਸਲਾ ਅਫਜ਼ਾਈ ਕਰਤੀ ਫਿਰ ਤਾਂ ਤਬਾਹ ਕਰ ਦੇਣਗੇ ਆਪਣੇ ਸੂਬੇ ਨੂੰ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਆਪਣੇ ਦੋਸਤ ਮਿੱਤਰ ਸਾਥੀ ਕੋਈ ਵੀ ਹੈ ਉਹਨਾਂ ਨਾਲ ਗੱਲ ਕਰੋ ਤੇ ਇਸ ਮੁਹਿੰਮ ਜਿਹੜੀ ਆਪਾਂ ਚੱਲੇ ਹਾਂ, ਯਾਤਰਾ ਸ਼ੁਰੂ ਕੀਤੀ ਹੈ, ਇਹਦੇ 'ਚ ਹਿੱਸਾ ਲੈ ਕੇ ਮਨ ਬਣਾ ਲਓ ਕਿ ਆਪਾਂ ਜ਼ਿੰਮੇਵਾਰੀ ਵੀ ਆਪਣੇ ਸਿਰ 'ਤੇ ਹੈ। ਜੇ ਪੰਜਾਬ ਖਤਮ ਹੋ ਗਿਆ ਆਪਣੇ ਵਾਸਤੇ ਹੋਰ ਕੋਈ ਜਗ੍ਹਾ ਨਹੀਂ ਕਿਤੇ ਰਹਿਣ ਵਾਸਤੇ, ਖਾਲਸਾ ਜੀ ਆਪਣੇ ਕੋਲ ਘਰ ਹੀ ਆ, ਆਪਾਂ ਹੋਰ ਕਿਤੇ ਜਾ ਕੇ ਨਹੀਂ ਰਹਿ ਸਕਦੇ। ਆਪਣੇ ਘਰ ਨੂੰ ਬਚਾਉਣਾ ਆਪਣਾ ਫਰਜ਼ ਹੈ ਤੇ ਇਸ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰਕੇ ਆਪਾਂ ਜਿਹੜੇ ਆਏ ਆ ਬਾਹਰਲੇ ਨੈਸ਼ਨਲ ਪਾਰਟੀ ਵਾਲੇ, ਇਹਨਾਂ ਨੂੰ ਭਜਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ, ਖਾਸ ਕਰਕੇ ਰਾਜਵਿੰਦਰ ਸਿੰਘ ਜੀ ਜਗਬਾਣੀ ਤੋਂ ਡੇਲੀ ਨਿਊਜ਼ ਤੱਕ, ਅੱਜ ਤੱਕ ਜਿਹੜੀ ਆ ਆਪਣਾ ਡੇਲੀ ਨਿਊਜ਼ ਹੁਣ ਤੱਕ ਆ, ਕੁਲਦੀਪ ਸਿੰਘ ਜੀ, ਦਿਲਬਾਗ ਸਿੰਘ ਜੀ ਤੇ ਨਾਲ ਉਹਨਾਂ ਦੇ ਜਿੰਨਾ ਵੀ ਮੀਡੀਆ ਵਾ ਸਾਰਿਆਂ ਨੂੰ ਧੰਨਵਾਦ।